ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਐਮ ਰਿਪਨਪ੍ਰੀਤ ਸਿੱਧੂ ਫਰੋਮ ਦ ਡਾਂਸ ਮਾਫੀਆ ਅੱਜ ਮੈਂ ਤੁਹਾਨੂੰ 8 ਪਰਚੇ ਸੌਂਗ ਤੇ ਭੰਗੜਾ ਸਿਖਾਵਾਂਗੀ ਇਹ ਵੀਡੀਓ ਅਸੀਂ ਆਲਰੇਡੀ 8 ਪਰਚੇ ਸੌਂਗ ਦੀ ਜਿਹੜੀ ਸਾਡੀ ਭੰਗੜੇ ਦੀ ਵੀਡੀਓ ਹੈ ਆਲਰੇਡੀ ਅਸੀਂ ਫੇਸਬੁੱਕ ਇੰਸਟਾਗ੍ਰਾਮ ਔਰ ਯੂਟਿਊਬ ਤੇ ਅਪਲੋਡ ਕਰ ਚੁੱਕੇ ਹਾਂ ਔਰ ਹਾਂ ਇਹ ਵੀਡੀਓ ਫੇਸਬੁੱਕ ਤੇ ਤਾਂ ਬਹੁਤ ਵਾਇਰਲ ਵੀ ਹੋ ਰਿਹਾ ਹੈ ਬਹੁਤ ਸਾਰੇ ਲੋਕ ਇਹਨੂੰ ਪਸੰਦ ਕਰ ਰਹੇ ਹੈ ਤਾਂ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਤੁਹਾਡੇ ਸਾਰਿਆਂ ਲਈ ਇਸ ਗਾਣੇ ਤੇ ਤੁਹਾਨੂੰ ਭੰਗੜਾ ਸਿਖਾਵਾਂ ਤੇ ਵੈਸੇ ਵੀ ਲੌਕਡਾਊਨ ਹੈ ਆਪਾਂ ਸਾਰੇ ਘਰੇ ਫ੍ਰੀ ਬੈਠੇ ਹੁੰਨੇ ਤੇ ਫਿਰ ਚਲੋ ਸਟਾਰਟ ਕਰਦੇ ਹਾਂ ਅੱਜ ਇਸ ਗਾਣੇ ਤੇ ਆਪਾਂ ਭੰਗੜਾ ਸਿੱਖਦੇ ਹਾਂ 8 ਪਰਚੇ ਸੌਂਗ ਤੇ ਸਾਡਾ ਸਭ ਤੋਂ ਪਹਿਲਾ ਸਟੈਪ ਹੈ ਇਸ ਗਾਣੇ ਦੇ ਵਿੱਚ ਤੁਸੀਂ ਸਭ ਨੇ ਇਹ ਵਾਲਾ ਸਟੈਪ ਤਾਂ ਦੇਖਿਆ ਹੀ ਹੋਏਗਾ ਆਪਾਂ ਇਸ ਨੂੰ ਥੋੜਾ ਜਿਹਾ ਚੇਂਜ ਕਰਕੇ ਕਰ ਰਹੇ ਹਾਂ ਆਪਣਾ ਫਰਸਟ ਸਟੈਪ ਹੈ ਜਿਹੜਾ 1 2 ਪੈਰ ਨੂੰ ਨੀਚੇ ਟੈਪ ਪਹਿਲਾਂ ਦੇਖੋ 1 ਫਿਰ ਜੰਪ ਲੈ ਕੇ ਦੂਸਰੇ ਪੈਰ ਨੂੰ ਖੋਲਣਾ ਔਰ ਨਾਲ ਹੱਥ ਵੀ ਖੋਲ ਦੇਣੇ 2 ਫਿਰ ਤੋਂ 1 2 ਫਿਰ ਇੱਥੋਂ ਹੀ ਆਪਾਂ ਜੰਪ ਲੈ ਕੇ ਇੱਕ ਲੱਤ ਤੇ ਜੰਪ ਲੈ ਕੇ ਆਪਾਂ ਦੋ ਸਟੈਪ ਲੈਣੇ 2 3 ਫਿਰ ਤੋਂ 1 2 3 and 4 ਦੋ ਵਾਰੀ ਚ ਆਪਾਂ ਸਾਹਮਣੇ ਆ ਜਾਣਾ ਫਿਰ ਇਸ ਤੋਂ ਬਾਅਦ ਜਾਂਦਾ ਨਾ ਤੇ ਆਣ ਮੇਰੀ ਆਪ ਜੇਬਾਂ ਚ ਜਦੋਂ ਇੱਥੋਂ ਆਉਣ ਤੋਂ ਬਾਅਦ ਫਿਰ ਆਪਾਂ ਇਹ ਵਾਲਾ ਸਟੈਪ ਕਰਨਾ ਨਾਲ ਜਿਵੇਂ ਆਪਾਂ ਪੈਰ ਨੂੰ ਬਾਹਰ ਨੂੰ ਕਿੱਕ ਕਰ ਦਿੰਨੇ ਠੀਕ ਹੈ ਔਰ ਨਾਲ ਤੁਸੀਂ ਆਪਣਾ ਜਾਂਦਾ ਨਾ ਤੇ ਆਣ ਦੋ ਵਾਰ ਕਰਨਾ 1 2 ਫਿਰ ਉਸ ਤੋਂ ਬਾਅਦ ਦੂਸਰਾ ਤੁਹਾਡਾ ਜੋ ਲੈਫਟ ਹੈਂਡ ਹੈ ਉਹ ਸਿਰ ਤੇ ਆ ਜਾਏਗਾ ਔਰ ਇਸ ਦੂਸਰੇ ਹੱਥ ਨਾਲ ਤੁਸੀਂ ਆਪਣੇ ਜਿਹੜੇ ਰਾਈਟ ਪੈਰ ਨੂੰ ਸਾਈਡ ਤੇ ਕਰਕੇ ਪਜੇਬਾਂ ਵਿੱਚ ਦੋ ਵਾਰ ਕਰਨਾ ਫਿਰ ਤੋਂ ਇਹ ਵਾਲਾ ਸਾਰਾ ਸਟੈਪ 1 2 3 and 4 5 6 7 8 ਨੈਕਸਟ ਆਉਂਦਾ ਕਿਹਦਾ ਕਿਹਦਾ ਇੱਥੇ ਦਾ ਸਮੂਹ ਫੜ ਲਾ ਤਾਂ ਫਿਰ ਤੁਸੀਂ ਜਿਹੜੇ ਲੈਫਟ ਪੈਰ ਨਾਲ ਚਾਰ ਵਾਰੀ ਟੈਪ ਕਰਨਾ 1 2 3 4 ਫਿਰ ਜੰਪ ਕਰਕੇ ਸਾਹਮਣੇ ਆ ਜਾਣਾ ਔਰ ਕਿਹਦਾ ਕਿਹਦਾ ਇੱਥੇ ਦਾ ਸਮੂਹ ਫੜ ਲਾ ਚਾਰ ਚਾਰ ਵਾਰੀ ਕਰਨਾ ਟੈਪ ਕਰਦੇ ਹਲਕਾ ਟੈਪ ਕਰਦੇ ਰਹਿਣਾ ਤੁਸੀਂ ਔਰ ਨਾਲ ਜਿਹੜੇ ਤੁਹਾਡੇ ਹੱਥਾਂ ਦੀ ਮੂਵਮੈਂਟ ਹੈ ਉਹ ਇਸ ਤਰ੍ਹਾਂ ਆਏਗੀ ਪਹਿਲਾਂ ਲੈਫਟ ਪੈਰ ਦੇ ਨਾਲ 1 2 3 4 5 6 7 8 ਕਿਹਦਾ ਕਿਹਦਾ ਇੱਥੇ ਦਾ ਸਮੂਹ ਫੜ ਲਾ ਹੋ ਗਏ ਸ਼ਹਿਰੇ ਆਮ ਚਰਚੇ ਦੋ ਵਾਰ 1 2 ਔਰ ਇੱਥੋਂ ਇਹ ਵਾਲਾ ਜੋ ਸੌਂਗ ਹੈ ਮੈਂ ਥੋੜਾ ਜਿਹਾ ਰੀਮਿਕਸ ਵਾਲਾ ਚੱਕਿਆ ਹੋਇਆ ਹੈ ਔਰ ਇੱਥੋਂ ਆਪਾਂ ਦੋ ਸਰਕਲ ਲੈਣੇ ਆ 1 and 2 ਜਿਹੜਾ ਸਰਕਲ ਹੈ ਉਹ ਤੁਸੀਂ ਥੋੜਾ ਨੀਚੇ ਨੂੰ ਪ੍ਰੈਸ਼ਰ ਮਾਰ ਕੇ 1 and 2 ਔਰ ਤੁਸੀਂ ਸਾਹਮਣੇ ਆ ਜਾਣਾ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ ਔਰ ਇੱਥੇ ਇਹ ਵਾਲਾ ਜਿਹੜਾ ਸਟੈਪ ਹੁੰਦਾ ਇਹਨੂੰ ਮੈਂ ਥੋੜਾ ਜਿਹਾ ਜਿਵੇਂ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਣੇ ਆ ਜਾਂ ਆਪਾਂ ਵੱਡਿਆਂ ਦੀ ਰਿਸਪੈਕਟ ਕਰਨ ਵਾਸਤੇ ਥੋੜਾ ਜਿਹਾ ਚੇਂਜ ਕੀਤਾ ਤਾਂ ਇਹ ਨੈਕਸਟ ਸਟੈਪ ਆਏਗਾ ਆਪਣਾ ਲੈਫਟ ਤੋਂ ਸਟੈਪ ਕਰਕੇ 1 2 ਫਿਰ ਤੋਂ ਦੇਖ ਲਓ ਨੀਚੇ ਟੈਪ ਕਰਨਾ ਔਰ ਨਾਲ 1 2 3 and 4 ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ ਔਰ ਫਿਰ ਇੱਥੋਂ ਤੁਸੀਂ ਜਿਹੜਾ ਰਾਈਟ ਪੈਰ ਹੈ ਉਹਨੂੰ ਅੱਗੇ ਲੈ ਕੇ ਆਣਾ ਦੱਸਾਂ ਕਿ ਚੱਲ ਦੇ ਤੇਰੇ ਤੇ ਪਰਚੇ 1 2 3 and 4 5 6 7 8 ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ ਕਿ ਦੱਸਾਂ ਤੇ ਤੇਰੇ ਤੇ ਪਰਚੇ ਫਿਰ ਤੋਂ ਇੱਕ ਵਾਰੀ ਯਾਰਾ ਪਿੱਛੇ ਫੇਰ ਦਾ ਪਵਾਉਂਦਾ ਛੱਬੀਆਂ ਇੱਥੇ ਤੁਸੀਂ ਆਹ ਵਾਲਾ ਸਟੈਪ ਕਰਨਾ ਹੈ 1 2 3 4 5 6 7 8 ਯਾਰਾ ਪਿੱਛੇ ਫੇਰ ਦਾ ਪਵਾਉਂਦਾ ਛੱਬੀਆਂ ਔਰ ਇੱਥੇ 26 ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ ਫਿਰ ਤੋਂ ਇਹ ਵਾਲਾ ਸਟੈਪ ਇੱਥੋਂ ਤੁਸੀਂ ਸਾਈਡ ਨੂੰ ਜਾਣਾ ਪਿੱਛੇ ਨੂੰ ਇੱਕ ਲੱਤ ਤੇ ਜੰਪ ਲੈਂਦੇ ਹੋਏ ਦੂਸਰਾ ਪੈਰ ਉਠਾ ਕੇ 1 2 3 4 ਫਿਰ ਦੂਸਰੀ ਸਾਈਡ 1 2 3 4 ਐਂਡ ਆਪੋਜ਼ਿਟ ਹੈਂਡ ਲੈਫਟ ਪੈਰ ਰਾਈਟ ਹੈਂਡ 1 2 ਔਰ ਇੱਥੋਂ ਹੀ ਨੀਚੇ ਨੂੰ ਬੈਠ ਕੇ ਔਰ ਖੁੱਲਣਾ 26 ਸਾਲਾਂ ਦੀ ਕੁਆਰੀ ਬੈਠੀ
तेरे करके। एक बारी लास्ट वाला स्टेप पूरा थानू करके दिखानी है। 1 2 3 and 4 5 6 7 8 1 2 3 4 1 2 3 4 1 2 3 and 4 फिर उस तो बाद तुसी अपना लेफ्ट पैर ना भी कर सकते राइट ना भी 1 2 3 and 4 चार बारी वो जो लंबी खेक है उसके ऊपर YouTube ते फॉलो करना बिल्कुल भी ना भूलना। बाय बाय।